شاگرد ملا محفل شیرخانی انشاءاللہ آج رات بعد نماز عشاء فضلون کی چودھری طارق اور اسد عباسی شیرخان دوویں امن کے تمام شائقین ملا دعوت دی جاندی ہے جی بسم اللہ ٹول مارسو جی جی ماشاءاللہ سعد بسم اللہ قابل عزت قابل احترام جناب راجا صدق کیانی صاحب جنرل کونسلر تشریف لائی جی بانی پروگرام رکھ والا جی آئین اور صاحب بسم اللہ ویلکم کرنے جی بولتا پنجاب جی بسم اللہ چینل بولتا پنجاب جی چینل بولتا پنجاب جناب راجا صدق کیانی صاحب آپ نے تھوالا تگڑے کبڈی میچ تری مارچ لے دے سربراہ میلے دے مہمان بنے دی جی آئین اور صاحب بسم اللہ ویلکم کرنے بسم اللہ رب نے رکھا جی وٹا مکمل چار من انشاءاللہ شاگرد ملا کل بھی بڑا تگڑا کبڈی میچ جی با مقام جگتا دیر کہہ جناب عمر صدیق عمری صاحب اور محترم جناب شمکار زونا صاحب انشاءاللہ کل با مقام جگتا تگڑا کبڈی میچ جی بڑا سارا چار من پہلوان ظفر باد تارک اندریلی وٹ ربرنی سوا چار مان ماشاءاللہ زندہ باد سائن جی وٹ اللہ سو ماشاءاللہ جی بٹا چار مان پہلوان رضوان جانا کارنتھے قریشیاں زندہ باد میرا ویر بٹے لاکھ پہ جیسے ماسٹر چودری حسن محمود صاحب ماسٹر چودری حسن صاحب اگر ساڑی آواز پہنچی بھی تو زمین صاحب نے ملو خیدر صاحب حوانہ تشریف لائی جی آئین اور صاحب بسم اللہ ویلکم کرنے ہیں جناب دی فرمائش دوست ویر جناب چودری یاسر صاحب جیڑ کے پردیس دی بیٹی موجود ہیں جناب دی نظر چھیڑ کر صاحب کہ کچھے کوٹھے انہوں جے کا دلی پیئے نہ اور ٹہندے بٹھائے جاندے اور اپنے سجنہ انہوں جے کر بنائیے نہ اور رہ دے بھی رہ جاندے چھوٹے بھاگا جیڑی اچانے پسرے موتی لیندے بھی لے جاندے یاسر پردیس دے دکھ ہٹا دے پر لوگی سیندے بھی سائے جاندے موسیقی
काफी साहबान का फैसला के पांच मन से पहलवान जफर साहब अपनी पान क्लीयर दोगे कदीर और जाना और पुत्रा न्यू चल रहा जमाना बिल्कुल पौने पांच पुत्र तुम दो अपनी क्लीयर दोगे जनाबे पहलवान सदफ साहब ताला राइया अपनी मुकम्मल टीम के साथ श्री ब्रह्मा जी जी आए वेलकम करने वकास किसान पुत्र एक बंदा आखे है बाकी अजीज बाहर हो जाए कानून की खिलाफवर्जी नहीं करनी पुत्र कानून सारे पास साझा ਜਿਹੜਾ ਜਿਹੜਾ ਵੱਡਾ ਲਾ ਸੀ ਵੱਡੇ ਲਾ ਕੇ ਬਹਿ ਜਾਣਾ ਸਿਰਫ ਤਿੰਨ ਨੌਜਵਾਨ ਨਜ਼ਰ ਆਉਣੇ ਚਾਹੀਦੇ ਸਾਈਂ ਜੀ ਤੁਸੀਂ ਵੀ ਬਹਿ ਜਾਣਾ ਜਿਹੜੇ ਸ਼ਾਇਕੀਨ 18 ਕਰਾ ਦਾ ਸ਼ੋਕ ਰੱਖਦੇ ਹੋ ਇਨਸ਼ਾਅੱਲਾ 10 ਤਾਰੀਖ ਬਾ ਮਕਾਮ ਕੋੜਾ ਦਾਨਾਂ ਦਾ ਕਰਾ ਦਾ ਅਖਾੜਾ ਜਿਸ ਦੇ ਸਰਪ੍ਰਸਤ ਆਲਾ ਜਨਾਬੇ ਪੀਰ ਸੈਯਦ ਸ਼ਹਿਜ਼ਾਦ ਹੁਸੈਨ ਸ਼ਾਹ ਸਾਹਿਬ ਆਸਤਾਨੇ ਆਲੀਆ ਸ਼ਕੀਲਾ ਸ਼ਰੀਫ ਜਨਾਬੇ ਚੌਧਰੀ ਨਜਾਬਤ ਅਲੀ ਸਾਹਿਬ ਰਾਈ ਸਾਹਿਬ ਬਰਿਆਲ ਔਰ ਬਾਨੀ ਪ੍ਰੋਗਰਾਮ ਜਨਾਬੇ ਵੈਰ ਚੌਧਰੀ ਤਾਰਕ ਹੁਸੈਨ ਸਾਹਿਬ ਗੋੜਾ 10 ਤਾਰੀਖ ਦਾਨਾ ਦਾ ਅਕਰਾ ਦਾ ਮੇਲਾ ਬਾ ਮਕਾਮ ਗੋੜਾ ਔਰ ਇਨਸ਼ਾਅੱਲਾ 13 ਤਾਰੀਖ 1 ਤਾਰੀਖ ਸਾਹਿਬ ਅਖਾੜਾ ਬਗੋਦਰ ਬਾ ਮਕਾਮ ਤੋਰ ਜਿਸ ਦੇ ਵਿੱਚ ਪਹਿਲਵਾਨ ਅਲੀ ਤੋਰਾਲੇ ਨੂੰ 125 ਮੋਟਰਸਾਈਕਲ ਵੀ ਇਨਾਮ ਦਿੱਤਾ ਜਾਏਗਾ ਔਰ ਇਨਸ਼ਾਅੱਲਾ ਖਾੜਾ ਤਿੰਨ ਮਾਣ ਤੋਂ ਲੈ ਕੇ ਸਵਾ ਪੰਜ ਮਾਣ ਤੱਕ ਜਿਸ ਦੇ ਬਾਨੀ ਨੌਜਵਾਨ ਅਨਮਸਾਰ ਰਾਜਾ ਕਾਜੀ ਸਾਹਿਬ ਆਪੋ ਤਮਾਮ ਸ਼ਾਇਕੀ ਨੇ ਮੇਲਾ ਨੂੰ ਦਾਵਤ ਕੀ ਰੱਖਦੀ ਹੈ ਰੱਖਾ ਵੱਡਾ ਸਾਡੇ ਚਾਰ ਮਾਣੀ ਪਹਿਲਵਾਨ ਜ਼ਫਰ ਤਬਾਦ ਚਾਰ ਕੰਦਰੀ ਲੇ ਵੱਡੇ ਰੱਬ ਰੰਗੀ ਸਾਡੇ ਚਾਰ ਮਾਣ ਰੱਬ ਰੱਖੀ ਜਾਣੇ ਪੁੱਤਰ ਤੇਰੀ ਛੱਡ ਆਓ ਜੀ ਮਾਸ਼ਾਅੱਲਾ ਜੀ ਪਹਿਲਵਾਨ ਰਿਜ਼ਵਾਨ ਚਾਨਣਾ कोच इमरान डार साहब निगोर शागर देखा भाई मुस्तफा साहब जी बढ़िया सवा चार मार माशाल्लाह जिंदाबाद ਟੋਲੀ ਸਾਹਿਬਾਨ ਸ਼ਾਲਾ ਯਾਤੀ ਆਉਣੇ ਸ਼ਾਇਕੀ ਨੇ ਮੇਲਾ ਦੋ ਤਿੰਨ ਐਲਾਨ ਜਿਹੜੇ ਕਰਨੇ ਬੜੇ ਲਾਜ਼ਮੀ ਸਭ ਤੋਂ ਪਹਿਲਾਂ ਇਸ ਗਰਾਊਂਡ ਦਾ ਹੁਣ ਤੱਕ ਜਿਹੜਾ ਰਿਕਾਰਡ ਹੈ ਚੈਂਪੀਅਨ ਪਾਕਿਸਤਾਨ ਵਰਲਡ ਰਿਕਾਰਡ ਹੋਲਡਰ ਪਹਿਲਵਾਨ ਨਦੀਮ ਖਾਲਕ ਬੱਟ ਜਿਸ ਪੁੱਤਰ ਨੇ 5.5 ਮਣ ਇਸ ਅਖਾੜੇ ਦੇ ਵਿੱਚ ਵੱਟਾ ਚਾ ਕੇ ਪੂਰੇ ਪਾਕਿਸਤਾਨ ਦੇ ਵਿੱਚ ਇੱਕ ਨਾਂ ਪੈਦਾ ਕੀਤਾ
ਇਹਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ। ਚੈਂਪੀਅਨ ਪਾਕਿਸਤਾਨ ਵੀ ਹੈ, ਸ਼ੇਰੇ ਪਾਕਿਸਤਾਨ ਵੀ ਹੈ, ਵਰਲਡ ਰਿਕਾਰਡ ਹੋਲਡਰ ਵੀ ਹੈ। ਹੁਣ ਤੱਕ ਕੋਈ ਨੌਜਵਾਨ ਇਸ ਨੌਜਵਾਨ ਦਾ ਰਿਕਾਰਡ ਬੀਟ ਨਹੀਂ ਕਰ ਸਕਿਆ। ਉਹਨਾਂ ਦੇ ਵਾਲਿਦ ਮੁਹਤਰਮ ਸਾਬਕ ਕਮਾਂਡਰ ਸ਼ੇਰੇ ਪੰਜਾਬ ਅਬਦੁਲ ਖਾਲਕ ਬੱਟ ਸਾਹਿਬ ਗਰਾਊਂਡ ਦੇ ਵਿੱਚ ਮੌਜੂਦ। ਉਹਨਾਂ ਤਰਫੋਂ ਐਲਾਨ ਹੈ ਕਿ ਮੇਰੇ ਪੁੱਤਰ ਦਾ ਜਿਹੜਾ ਰਿਕਾਰਡ ਹੈ, ਕੋਈ ਵੀ ਨੌਜਵਾਨ ਚਾਹੇ ਉਹ ਕਿਸੇ ਵੀ ਗਰੁੱਪ ਦਾ ਹੋਵੇ, ਤ੍ਰਿਖੜ ਤੇ ਚਾੜ ਕੇ ਅਗਰ ਉਹ ਬੀਟ ਕਰੇ, ਬਰਾਬਰ ਕਰੇ, ਸਵਾ ਜੀ ਜਾਏ ਜਾਂ ਸਾਢੇ ਜੀ ਜਾਏ, ਮੇਰੀ ਤਰਫੋਂ ਮੇਰੀ ਮੁਕੰਮਲ ਟੀਮ ਦੀ ਤਰਫੋਂ ਮੋਟਰਸਾਈਕਲ ਇਨਾਮ ਦਿੱਤਾ ਜਾਏਗਾ। ਔਰ ਨਦੀਮ ਖਾਲਕਬਾੜ ਦੇ ਮੁਕੰਮਲ ਵੱਡੇ ਜਿਹੜੇ ਤ੍ਰਿਖੜਾਂ ਤੇ ਚੜਦੇ ਰਹੇ, ਤੁਲਦੇ ਰਹੇ, ਜਿਨ੍ਹਾਂ ਦੇ ਇਸ ਪੁੱਤਰ ਨੇ ਤਾਰੀਖਾਂ ਬਣਾਈਆਂ, ਉਹ ਵੱਡੇ ਮੌਜੂਦ ਨੇ। ਅਗਰ ਕੋਈ ਨੌਜਵਾਨ ਖਾੜਾ ਕਰਾਉਂਦਾ ਸਾਡੇ ਕੋਲ ਵੱਟੇ ਮੰਗਾ, ਅਸੀਂ ਵੀ ਹਾਜ਼ਰ ਹਾਂ, ਵੱਟੇ ਵੀ ਦਿਆਂਗੇ ਔਰ ਮੁਕੰਮਲ ਖਾੜੇ ਦੀ ਸਪੋਰਟ ਵੀ ਕਰਾਂਗੇ। ਇੱਕ ਦਫਾ ਚੈਂਪੀਅਨ ਪਾਕਿਸਤਾਨ ਦੇ ਨਾਂ ਤੇ, ਅਬਦੁਲ ਖਾਲਕ ਪਾਟ ਸਾਹਿਬ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ। ਮਾਸ਼ਾਅੱਲਾ ਜੀ, ਪਹਿਲਵਾਨ ਰਿਜ਼ਵਾਨ ਜਾਨਾ ਔਰ ਕੋਚ ਇਮਰਾਨ ਡਾਰ ਸਾਹਿਬ ਐਲਾਨ ਕਰਾਉਂਦੇ ਨੇ ਕਿ ਜਿਹੜਾ ਨੌਜਵਾਨ ਨਦੀਮ ਖਾਲਕ ਵੱਡਦਾ ਰਿਕਾਰਡ ਬੀਟ ਕਰੇਗਾ, ਸਾਡੀ ਤਰਫੋਂ ਵੀ 20,000 ਰੁਪਏ ਇਨਾਮ ਹੋਏਗਾ। ਇਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ। ਅਕਸਰ ਕਈ ਜਗ੍ਹਾ ਤੇ ਇਮਰਾਨ ਡਾਰ ਸਾਹਿਬ ਇਹ ਇਨਾਮ ਦਿੱਤੇ। ਦੂਸਰਾ ਐਲਾਨ ਕਿ ਹੁਣ ਤੱਕ ਇਸ ਗਰਾਊਂਡ ਦਾ ਇੱਕ ਨਵਾਂ ਰਿਕਾਰਡ ਹੈ ਕਿ ਫਾਈਨਲ ਵੱਟੇ ਦਾ ਇੱਕ ਵਾਹਿਦ ਨੌਜਵਾਨ ਹੈ ਜਿਸਨੇ ਮਤਵਾਤਰ 3 ਸਾਲ ਇਸ ਗਰਾਊਂਡ ਦਾ ਚੈਂਪੀਅਨ ਰਿਹਾ, ਜਿਸਨੇ 3 ਸਾਲ ਇਹ ਮੇਲਾ ਜਿੱਤਿਆ, ਇਸ ਮੇਲੇ ਦਾ 3 ਸਾਲ ਵਿਨਰ ਰਿਹਾ। ਗਰਾਊਂਡ ਦੇ ਵਿੱਚ ਮੌਜੂਦ ਹੈ ਜਨਾਬੇ ਪਹਿਲਵਾਨ ਚੌਧਰੀ ਮਹਿਤਾਬ ਤਾਬੀ ਢੋਕ ਗੁਜਰਾਲ, ਆਜੀ ਚੌਧਰੀ ਬਸ਼ੀਰ ਸਾਹਿਬ ਦਾ ਬੇਟਾ, ਇਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ। ਔਰ ਜਨਾਬ ਸਰਪ੍ਰਸਤ ਆਲਾ ਲਾਜਪਾਲ ਗਰੁੱਪ ਜਨਾਬੇ ਚੌਧਰੀ ਜ਼ਮੀਰ ਹੁਸੈਨ ਸਾਹਿਬ, ਚਾਚਾ ਮੁਹੰਮਦ ਹਨੀਫ ਗੁਜਰ, ਚੌਧਰੀ ਅਬਦੁਲ ਗਫੂਰ ਅਬਦੁੱਲਾ ਸਾਹਿਬ ਐਲਾਨ ਕਰਾਂਗੇ ਕਿ ਜਿਹੜਾ ਨੌਜਵਾਨ ਲਗਾਤਾਰ ਮਤਵਾਤਰ ਮਹਿਤਾਬ 3 ਸਾਲ ਆਪਣੀ ਹੈਟ੍ਰਿਕ ਮੁਕੰਮਲ ਕਰੇਗਾ, ਅਸੀਂ ਉਸਨੂੰ ਮੋਟਰਸਾਈਕਲ ਇਨਾਮ ਦੇਵਾਂਗੇ। ਔਰ ਜਿਹੜਾ ਨੌਜਵਾਨ ਨਦੀਮ ਖਾਲਕ ਬੱਟ ਦਾ ਰਿਕਾਰਡ ਬੀਟ ਕਰੇਗਾ, ਅਸੀਂ ਉਸਨੂੰ ਵੀ ਮੋਟਰਸਾਈਕਲ ਇਨਾਮ ਦੇਵਾਂਗੇ। ਇੱਕ ਦਫਾ ਜ਼ੋਰਦਾਰ ਤਾੜੀਆਂ ਮਾਰ ਦੇ ਲਾਜਪਾਲ ਗਰੁੱਪ ਦੇ ਨਾਂ ਤੇ। ਆਖਰੀ ਐਲਾਨ ਜਿਸਨੇ 5.25 ਮਣ ਬੱਟਾ ਚਾਹਿਆ, ਇਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਪਹਿਲਵਾਨ ਚੌਧਰੀ ਕਦੀਰ ਦਾ ਜਮਾਨਾ ਸ਼ਾਲਾ ਯਾਤੀ ਆਉਣ ਮਾਸ਼ਾਅੱਲਾ। ਔਰ ਫਖਰ ਜਨ ਗਰੁੱਪ ਦੇ ਸਦਰ ਜਨਾਬ ਚੌਧਰੀ ਕਦੀਰ ਸਾਹਿਬ ਜਾਨੇ ਦਾ ਸ਼ੁਕਰੀਆ ਅਦਾ ਕਰਦੇ ਨੇ ਮੁਕੰਮਲ ਟੀਮ ਦਾ ਕਿ ਸਾਡੀ ਰਵਈ ਸਖਤੀ ਦੀ ਵਜ੍ਹਾ ਨਾਲ ਇਹ ਨੌਜਵਾਨ ਖਾੜਾ ਕਰਨਾ ਹੈ, ਇਹਦੀ ਤਬੀਅਤ ਠੀਕ ਨਹੀਂ, ਜਿਤਨੀ ਵੀ ਛੰਡ ਮਾਰੀ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਪੁੱਤਰ ਗਰਾਊਂਡ ਚੋਂ ਬਾਹਰ ਜਾਣਾ ਚਾਹੇ ਜਾ ਸਕਦਾ, ਤੇਰੀ ਮਿਹਰਬਾਨੀ। ਬੇਲੀ ਨਸ਼ਨੀ ਹੋਵੇ ਤੇ ਕੋਈ ਸ਼ੱਕ ਨਹੀਂ, ਅੱਲਾ ਪਾਕ ਦੀ ਖਾਸ ਅਤਾ ਹੁੰਦੇ ਨੇ। ਬੇਲੀ ਰੁਸ਼ ਵੀ ਵੰਜਣ ਦੇ ਬੇਲੀਆਂ ਦੇ ਅੱਲਾ ਜਾਣ ਦਾ ਢੇਰ ਹਯਾ ਹੁੰਦੇ ਨੇ। ਚੌਧਰੀ ਕਦੀਰ ਜਿਹੜੇ ਸੱਜਣ ਦੀ ਕੰਡ ਨਾ ਵੇਖਣ, ਭਲਾ ਉਹ ਕੋਈ ਅਟੱਟ ਨਾ ਹੁੰਦੇ ਨੇ। ਦੁੱਖ ਸੱਜਣਾ ਦਾ ਆਪਣਾ ਦੁੱਖ ਸਮਝੀਏ ਤਾਂ ਸੰਗਤਾਂ ਦੇ ਫਰਜ਼ ਅਦਾ ਹੁੰਦੇ ਨੇ।
माशाल्लाह जी राम ने रखा जी पहलवान चौधरी कदीर राजा मेरा आज इस प्रोग्राम के चीफ एनिमल जनाबे मोहम्मद अब्दुल बार साहब पानी प्रोग्राम पानी जश्न जनाबे मोहम्मद अशरफ पाटाल मारो कोला साहब पूरा अहमद आमने ले तमाम मौजूद मेहमान इंशाल्लाह कल तगड़ा तमाचेदार कबड्डी मैच ही बामकाम जनता जिसने सुपर विंटर के नाम इमरान नजीर साहब आप जजील आल मकीम दबई एक हजार रुपया बतौरे अनाउंसर परिवार ने बहुत मेहरबानी बहुत शफकत
ਮਾਸ਼ਾਅੱਲਾ ਜੀ ਪਹਿਲਵਾਨ ਉਮਰ ਸਾਹਿਬ ਸ਼ਾਗਿਰਦ ਖਾਨ ਚੌਧਰੀ ਜ਼ਬੈਰ ਸਾਹਿਬ ਤਸ਼ੀ ਬਰਮਾ ਜੀ ਅਸੀਂ ਜਨਾਬ ਨੂੰ ਜੀ ਆਇਆਂ ਵੈਲਕਮ ਕਰਨ ਐਲਾਨ ਕਰਨ ਕੇ ਅਗਰ ਕਦੀਰ ਪਹਿਲਵਾਨ ਵੱਡਾ ਕਲੀਅਰ ਕਰੇ 5000 ਰੁਪਏ ਇਨਾਮ ਦਿਆਂਦੇ ਜੀ ਬਹੁਤ ਮਿਹਰਬਾਨੀ 1000 ਰੁਪਇਆ ਬਤੌਰ ਇਨਾਮ ਸਰ ਬਹੁਤ ਮਿਹਰਬਾਨੀ ਬਹੁਤ ਸ਼ੁਕਰ ਜਨਾਬੇ ਪਹਿਲਵਾਨ ਚੌਧਰੀ ਮੁਹੰਮਦ ਇਮਰਾਨ ਐ ਮਜੱਟਾ 500 ਰੁਪਇਆ ਬਤੌਰ ਇਨਾਮ ਸਰ ਹਸਨ ਭਾਈ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰ ਨੌਜਵਾਨਾਂ ਦਾ ਕੋਈ ਕਸੂਰ ਨਹੀਂ ਟਾਈਮ ਲਾਊਟ ਆ ਕਿਉਂਕਿ ਮੌਸਮ ਦੀ ਖਰਾਬੀ ਦੀ ਵਜ੍ਹਾ ਨਾਲ ਅਖਾੜਾ ਸਾਨੂੰ ਪਹਿਲੇ ਟਾਈਮ ਕਰਨਾ ਪਿਆ ਨੌਜਵਾਨਾਂ ਦੀ ਉਹ ਟਾਈਮਿੰਗ ਨਹੀਂ ਮਾਸ਼ਾਅੱਲਾ ਜੀ ਚੈਂਪੀਅਨ ਪਾਕਿਸਤਾਨ ਵਰਲਡ ਰਿਕਾਰਡ ਹੋਲਡਰ ਪਹਿਲਵਾਨ ਨਦੀਮ ਖਾਲਕ ਭੱਟ ਗਰਾਊਂਡ ਦੇ ਵਿੱਚ ਮੌਜੂਦ ਤਮਾਮ ਟੀਮ ਨੂੰ ਜੀ ਆਇਆਂ ਨੂੰ ਸਭ ਬਿਸਮਿਲ੍ਲਾ ਵੈਲਕਮ ਕਹਿੰਦੇ ਹਾਂ ਇਨਸ਼ਾਅੱਲਾ ਕੱਲ ਬਾਮਕਾਮ ਜਗਤਾ ਜੀ ਤਮਾਚੇਦਾਰ ਕਬੱਡੀ ਮੈਚ ਡਾਕਟਰ ਵਹੀਦ ਬਿਜਲੀ ਖਾਨੇਵਾਲ ਕਾਰੀ ਅਮੀਨ ਚੀਚਾ ਵਤਨੀ ਅਮੀਨ ਸਿੰਧੂ ਬਹੁਤ ਹੀ ਅੱਛੇ ਅੱਛੇ ਕਬੱਡਰ ਖੇਡਣਗੇ ਜੀ ਤਮਾਮ ਸ਼ਾਇਕੀ ਨੇ ਮੇਲਾ ਨੂੰ ਦਾਵਤ ਮੁਕੰਮਲ ਪੰਜਵਾਨ ਪਹਿਲਵਾਨ ਜ਼ਫਰ ਭੱਟ ਕਾਰਕੰਤਰੀਲੀ ਮਨੇ ਇਸ ਗੱਲ ਵਿੱਚ ਸ਼ੱਕ ਕੋਈ ਨਹੀਂ ਚੈਂਪੀਅਨ ਪਾਕਿਸਤਾਨ ਨਦੀਮ ਖਾਲਕ ਹੀ ਆ ਸਕਦਾ ਹੈ ਜਦੋਂ ਅੜ ਜਾਵੇ ਆਪਣੀ ਗੱਲ ਉੱਤੇ ਮਨ ਆਪਣੇ ਦੀ ਮਰਜ਼ੀ ਮਨਵਾ ਸਕਦਾ ਹੈ ਇਹ ਡਰਦਾ ਨਹੀਂ ਕਿਸੇ ਦੇ ਜ਼ੋਰ ਕੋਲੋਂ ਪਰ ਆਪਣਿਆਂ ਮੁੰਡਿਆਂ ਤੇ ਜਾ ਸਕਦਾ ਏ ਨਦੀਮ ਖਾਲਕ ਤੇਰੀ ਇੱਜ਼ਤ ਦੇ ਰੌਲੇ ਨੇ ਜੰਗ ਉੱਤੇ ਕਰਕੇ ਵਾਦਾ ਤੋੜ ਨਵਾ ਸਕਦਾ ਏ ਇੱਕ ਦਫਾ ਤਾੜੀਆਂ ਮਾਰੋ ਚੈਂਪੀਅਨ ਪਾਕਿਸਤਾਨ ਦਾ ਨਾਮ ਦਾ ਮਾਸ਼ਾਅੱਲਾ ਜੀ ਮੌਜੂਦਾ ਰਿਕਾਰਡ ਹੋਲਡਰ ਮੁਕੰਮਲ ਵੱਡਾ ਇਸੇ ਮੇਲੇ ਦਾ ਪੰਜਵਾਂ ਵੀ ਸਜਾ ਕੇ ਪਾਕਿਸਤਾਨ ਦੀ ਤਾਰੀਖ ਖਤਮ ਕਰਨ ਵਾਲਾ ਨੌਜਵਾਨ ਫਖਰ ਜੇਲਮ ਗਰੁੱਪ ਨਦੀਮ ਖਾਲਕ ਭੱਟ ਔਰ ਚੈਂਪੀਅਨ 2019 ਸਵਾ ਪੰਜਵਾਂ ਵੱਡਾ ਪਹਿਲਵਾਨ ਜ਼ਫਰ ਭੱਟ ਪਤਰੀਲੀ ਲਿਜਾ ਕੇ ਨਵੀਂ ਤਾਰੀਖ ਬਣਨ ਵਾਲਾ ਨੌਜਵਾਨ ਫਖਰ ਜੇਲਮ ਗਰੁੱਪ ਮਾਸ਼ਾਅੱਲਾ ਜਿੰਦਾਬਾਦ ਦੌਰ ਮਾਸ਼ਾ ਜੀ ਤਗੜਾ ਕਰਕੇ ਜੀ
पांचवां पहलवान जफर बट कर गंदरेली चैंपियन पाकिस्तान 2019। जिन्होंने अज दो तीन बजे खड़ा करना पै गया